ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਮਨ, ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ YouTube ਚੈਨਲ ਦੇ ਉੱਤੇ। ਤੇ ਅੱਜ ਤੁਹਾਡੇ ਲਈ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ, ਜਿਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ PPSC ਦੁਆਰਾ ਨਿਕਲੇ ਹੋਏ ਨਵੇਂ ਨੋਟੀਫਿਕੇਸ਼ਨ ਦੇ ਬਾਰੇ ਵਿੱਚ। ਪੂਰੀ ਡਿਟੇਲ 'ਚ ਅਸੀਂ ਗੱਲ ਕਰਾਂਗੇ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਅਤੇ ਐਲੀਜੀਬਿਲਿਟੀ ਕੀ ਰਹੇਗੀ। ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ YouTube ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਬਟਨ ਦਬਾਉਣਾ ਨਾ ਭੁੱਲਣਾ, ਤਾਂ ਕਿ ਕੋਈ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ। ਅਤੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੁਸੀਂ ਸਾਡੇ YouTube ਚੈਨਲ ਨੂੰ ਵੀ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਸਾਡੀ ਵੈਬਸਾਈਟ www.clue.com ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ, ਤਾਂ ਕਿ ਕੋਈ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ। ਅਤੇ ਆਪਣੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹੁਣ ਗੱਲ ਕਰਾਂਗੇ ਅਨਅਕੈਡਮੀ। ਅਨਅਕੈਡਮੀ ਲੈ ਕੇ ਆਏ ਤੁਹਾਡੇ ਲਈ ਐਕਸ਼ਨ ਵੀਕਐਂਡ ਬੈਂਕ ਸਪੈਸ਼ਲ ਕਲਾਸ ਵੀ ਫੀਸਟਾ, ਜਿਸ ਦੇ ਵਿੱਚ ਸਾਰੇ ਐਜੂਕੇਟਰ ਲੈਣਗੇ ਤੁਹਾਡੇ ਮੈਰਾਥੋਨ, ਕਵਿਜ਼ਿਸ ਅਤੇ ਕਾਰਨੀਵਲ, ਜੋ ਕਿ ਲਾਸਟ 6 ਮੰਥ ਦੇ ਕਰੰਟ ਅਫੇਅਰਸ ਦੀ ਰਿਵੀਜ਼ਨ ਹੋਏਗੀ, ਜੋ ਕਿ ਦੋ ਪਾਰਟਸ ਵਿੱਚ ਹੋਏਗੀ। ਇੱਕ ਹੋਏਗੀ ਸੈਟਰਡੇ ਔਰ ਇੱਕ ਹੋਏਗੀ ਸੰਡੇ, ਜੋ ਕਿ ਸੁਬਹਾ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੀ ਤੁਹਾਡੀ ਉਹ ਰਿਵੀਜ਼ਨ ਕਰਵਾਉਣਗੇ। ਅਤੇ ਜਿਹੜੇ ਵੀ ਚਾਹਵਾਨ ਜਿਹੜੇ ਬੈਂਕ ਦੀ ਤਿਆਰੀ ਕਰ ਰਹੇ ਨੇ, ਬੈਂਕ ਦਾ ਐਗਜ਼ਾਮ ਕਰੈਕ ਕਰਨਾ ਚਾਹੁੰਦੇ ਨੇ, ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਹੈ। ਅਤੇ ਅਨਅਕੈਡਮੀ ਤੁਹਾਡੇ ਲਈ ਫਿਰ ਤੋਂ ਲੈ ਕੇ ਆਇਆ SBI ਕਲਰਕ ਦੀ ਮੇਨ ਫੁੱਲ ਲੈਂਥ ਫ੍ਰੀ ਮੌਕ ਟੈਸਟ। ਤੁਸੀਂ ਉਹਨਾਂ ਨੂੰ ਲਾਈਵ ਅਟੈਂਪਟ ਕਰ ਸਕਦੇ ਹੋ ਅਤੇ 29 ਅਕਤੂਬਰ ਨੂੰ ਤੁਸੀਂ ਇਹ ਅਟੈਂਪਟ ਕਰਕੇ ਨਾਲ ਦੀ ਨਾਲ ਆਪਣਾ ਐਨਾਲਿਸਿਸ ਰਿਪੋਰਟ ਜਿਹੜਾ ਹੈ ਉਹ ਵੀ ਚੈੱਕ ਕਰ ਸਕਦੇ ਹੋ ਕਿ ਕਿੰਨੇ ਕੁਐਸਚਨ ਤੁਹਾਡੇ ਸਹੀ ਨੇ ਅਤੇ ਕਿੰਨੇ ਗਲਤ ਨੇ ਔਰ ਕਿੰਨੀ ਤਿਆਰੀ ਤੁਸੀਂ ਕਰ ਚੁੱਕੇ ਹੋ। ਸੋ ਇਹਦੇ ਲਈ ਤੁਹਾਨੂੰ ਦੋਨਾਂ ਦੇ ਜਿਹੜੇ ਲਿੰਕ ਨੇ ਉਹ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ, ਤੁਸੀਂ ਉੱਥੇ ਕਲਿੱਕ ਕਰਕੇ ਹੁਣੇ ਹੀ ਉਹਨਾਂ ਨੂੰ ਐਨਰੋਲ ਕਰ ਲੈਣਾ ਹੈ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਨੋਟੀਫਿਕੇਸ਼ਨ ਆਊਟ ਹੋਇਆ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਔਰਗਨਾਈਜੇਸ਼ਨ ਨੇਮ ਦੀ, ਜੋ ਕਿ ਰਹੇਗਾ ਤੁਹਾਡਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ PPSC। ਇਸ ਦੇ ਵਿੱਚ ਤੁਸੀਂ ਜਿਹੜਾ ਔਨਲਾਈਨ ਇਹਦੇ ਲਈ ਐਪਲੀਕੇਸ਼ਨ ਮੋਡ ਹੈ ਜਿਹੜਾ ਤੁਸੀਂ ਫਿਲ ਕਰਕੇ ਔਨਲਾਈਨ ਅਪਲਾਈ ਕਰ ਲੈਣਾ। ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਤੁਹਾਨੂੰ ਜਿਹੜਾ ਹੈ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਏਗਾ ਔਰ ਇੱਥੇ ਤੁਹਾਨੂੰ ਟੈਗਲਾਈਨ ਦੇ ਵਿੱਚ ਵੀ ਦਿਖ ਰਿਹਾ ਹੋਏਗਾ। ਤੁਸੀਂ ਉਸ 'ਤੇ ਵੀ ਕਲਿੱਕ ਕਰਕੇ ਜਿਹੜਾ ਡਾਇਰੈਕਟ ਵੈਬਸਾਈਟ 'ਤੇ ਜਾ ਕੇ ਰਜਿਸਟਰ ਕਰ ਸਕਦੇ ਹੋ ਅਤੇ ਪਲੱਸ ਔਨਲਾਈਨ ਅਪਲਾਈ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਨੰਬਰ ਆਫ ਪੋਸਟ ਦੀਆਂ, ਜਿਹੜੀ ਕਿ 285 ਪੋਸਟਾਂ ਟੋਟਲ ਆਊਟ ਹੋਈਆਂ ਨੇ, ਅਲੱਗ ਅਲੱਗ ਪੋਸਟਾਂ ਨੇ। ਮੈਂ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਕਿਹੜੀ ਕਿਹੜੀ ਪੋਸਟ ਜਿਹੜੀ ਉਹ ਆਊਟ ਹੋਈ ਹੈ। ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਕੌਣ ਕੌਣ ਇਹਦੇ ਲਈ ਐਲੀਜੀਬਲ ਹੈ ਅਪਲਾਈ ਕਰਨ ਦੇ ਲਈ। ਆਲ ਇੰਡੀਆ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨੇ ਇਹਦੇ ਲਈ ਅਪਲਾਈ ਕਰਨ ਦੇ ਲਈ, ਔਰ ਫੀਮੇਲ ਐਂਡ ਮੇਲ ਦੋਨੋਂ ਕੈਂਡੀਡੇਟਸ ਹੀ ਜਿਹੜੇ ਇਹਦੇ ਲਈ ਨੇ ਅਪਲਾਈ ਕਰ ਸਕਦੇ ਨੇ। ਨੈਕਸਟ ਅਸੀਂ ਗੱਲ ਕਰਦੇ ਹਾਂ ਏਜ ਲਿਮਿਟ ਦੀ। ਏਜ ਲਿਮਿਟ ਦੀ ਅਗਰ ਅਸੀਂ ਗੱਲ ਕਰੀਏ ਤਾਂ ਮਿਨੀਮਮ ਤੁਹਾਡੀ ਜਿਹੜੀ 18 ਸਾਲ ਰਹੇਗੀ ਔਰ ਮੈਕਸੀਮਮ ਜਿਹੜੇ 37 ਸਾਲ ਵਾਲੇ ਐਲੀਜੀਬਲ ਨੇ ਇਹਦੇ ਲਈ ਅਪਲਾਈ ਕਰਨ ਦੇ ਲਈ। ਅਗਰ ਅਸੀਂ ਗੱਲ ਕਰੀਏ ਏਜ ਰਿਲੈਕਸੇਸ਼ਨ ਦੀ, ਉਹ ਐਜ਼ ਪਰ ਰੂਲ ਜਿਹੜੀ ਉਹ ਰਹੇਗੀ। ਇਸ ਦੇ ਵਿੱਚ ਐਪਲੀਕੇਸ਼ਨ ਫੀਸ ਜਿਹੜੀ ਹੈ ਉਹ ਥੋੜ੍ਹੀ ਇਲੈਬੋਰੇਟ ਕਰਕੇ ਦੱਸ ਦੇਣਾ ਤੁਹਾਨੂੰ, ਜੋ ਕਿ SC ST ਅਤੇ OBC ਕੈਂਡੀਡੇਟ ਜਿਹੜੀ ਰਹੇਗੀ ਉਹ 500 ਰੁਪਏ ਐਪਲੀਕੇਸ਼ਨ ਫੀਸ ਪਲੱਸ 635 ਰੁਪਏ ਐਗਜ਼ਾਮ ਫੀਸ ਜਿਹੜੀ ਤੁਹਾਡੀ ਉਹ ਰਹੇਗੀ। ਅਦਰ ਕੈਟਾਗਰੀ ਦੀ ਅਗਰ ਅਸੀਂ ਗੱਲ ਕਰੀਏ 500 ਰੁਪਏ ਐਪਲੀਕੇਸ਼ਨ ਫੀਸ ਪਲੱਸ 2500 ਰੁਪਏ ਐਗਜ਼ਾਮ ਫੀਸ ਜਿਹੜੀ ਤੁਹਾਨੂੰ ਸਬਮਿਟ ਕਰਨੀ ਹੋਏਗੀ। ਉਸ ਤੋਂ ਬਾਅਦ ਆਉਂਦੇ ਫਿਜ਼ੀਕਲ ਹੈਂਡੀਕੈਪ ਕੈਂਡੀਡੇਟਸ ਦੇ ਲਈ 500 ਰੁਪਏ ਐਪਲੀਕੇਸ਼ਨ ਫੀਸ ਅਤੇ 1225 ਰੁਪਏ ਤੁਹਾਡੀ ਜਿਹੜੀ ਉਹ ਐਗਜ਼ਾਮ ਫੀਸ ਉਹ ਜਿਹੜੀ ਹੈ ਰਹੇਗੀ। ਐਕਸ ਸਰਵਿਸਮੈਨ ਲਈ 500 ਰੁਪਏ ਐਪਲੀਕੇਸ਼ਨ ਫੀਸ ਜਿਹੜੀ ਉਹ ਰਹੇਗੀ। ਔਰ ਪੇਮੈਂਟ ਮੋਡ ਦੀ ਅਗਰ ਅਸੀਂ ਗੱਲ ਕਰੀਏ ਤਾਂ ਤੁਸੀਂ ਆਫਲਾਈਨ ਇਹਨਾਂ ਦੇ SBI ਬੈਂਕ ਦੇ ਵਿੱਚ ਜਿਹੜਾ ਥਰੂ SBI ਬੈਂਕ ਜਿਹੜਾ ਆਫਲਾਈਨ ਤੁਸੀਂ ਸਭ ਬੈਂਕ ਚਲਾਉਣ ਦੇ ਥਰੂ ਸਬਮਿਟ ਕਰ ਸਕਦੇ ਹੋ। ਹੁਣ ਅਸੀਂ ਗੱਲ ਕਰਦੇ ਹਾਂ ਇੰਪੋਰਟੈਂਟ ਡੇਟਸ ਦੀ। ਤਾਂ ਜਿਹੜਾ ਐਪਲੀਕੇਸ਼ਨ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਾ ਹੈ 23 ਅਕਤੂਬਰ ਤੋਂ। ਉਸ ਤੋਂ ਬਾਅਦ ਲਾਸਟ ਡੇਟ ਜਿਹੜੀ ਹੈ ਤੁਹਾਡੀ ਅਪਲਾਈ ਕਰਨ ਦੀ ਉਹ ਹੈਗੀ 2 ਨਵੰਬਰ 2020। ਉਸ ਤੋਂ ਬਾਅਦ ਪੋਸਟ ਨੇਮ ਦੀ ਅਗਰ ਅਸੀਂ ਗੱਲ ਕਰੀਏ ਜਿਹੜੀਆਂ ਕਿ ਰੀਓਪਨ ਹੋਈਆਂ ਨੇ, ਉਸ ਵਿੱਚ ਸਭ ਤੋਂ ਪਹਿਲੀ ਪੋਸਟ ਜਿਹੜੀ ਹੈਗੀ ਹੈ ਉਹ ਪ੍ਰਿੰਸੀਪਲ ਦੀ ਹੈ। ਨੈਕਸਟ ਪੋਸਟ ਹੈ ਹੈੱਡ ਮਾਸਟਰ ਅਤੇ ਹੈੱਡ ਮਿਸਟਰਸ ਦੀ, ਔਰ ਨੈਕਸਟ ਹੈਗੀ ਹੈ ਜੀ ਐਜੂਕੇਸ਼ਨ ਆਫਿਸਰ ਦੀ। ਇਸ ਦੇ ਵਿੱਚ ਜਿਹੜੇ ਇੰਪੋਰਟੈਂਟ ਲਿੰਕਸ ਨੇ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ। ਇਹ ਲਈ ਤੁਸੀਂ ਅਪਲਾਈ ਔਨਲਾਈਨ ਕਰਨ ਲਈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾਣਾ ਹੈ, ਉੱਥੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੈ, ਉਸ ਤੋਂ ਬਾਅਦ ਤੁਸੀਂ ਜਿਹੜਾ ਅਪਲਾਈ ਕਰ ਲੈਣਾ ਹੈ। ਔਰ ਇਸ ਤੋਂ ਰਿਲੇਟਡ ਅਗਰ ਤੁਹਾਨੂੰ ਕੋਈ ਵੀ ਜਿਹੜੇ ਨੇ ਕੋਈ ਕਨਫਿਊਜ਼ਨ ਨੇ ਜਾਂ ਤੁਹਾਨੂੰ ਕੋਈ ਵੀ ਕੁਐਸਚਨ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ, ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ, ਅਸੀਂ ਤੁਹਾਨੂੰ ਉਸਦਾ ਜਵਾਬ ਜ਼ਰੂਰ ਦੇਵਾਂਗੇ। ਸੋ ਮਿਲਾਂਗੇ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਦੇ ਲਈ ਧੰਨਵਾਦ ਜੀ। ਕੀ ਹੈ